ਸੋਸ਼ਲ ਮੀਡੀਆ ਦੇ ਉੱਤੇ ਬਾਬਾ ਅਵਤਾਰ ਸਿੰਘ ਜੀ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ਦੇ ਵਿੱਚ ਉਹ ਕੀਰਤਨ ਕਰਨ ਵਾਲੇ ਨੂੰ ਡਾਂਟ ਰਹੇ ਹਨ। ਕੀ ਉਹਨਾਂ ਦਾ ਇਸ ਤਰੀਕੇ ਦੇ ਨਾਲ ਉਸ ਤਬਲੇ ਵਾਲੇ ਨੂੰ ਬੋਲਣਾ ਸਹੀ ਆ ਜਾਂ ਗਲਤ ਆ, ਆਓ ਅਸੀਂ ਜਾਣਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਸਿੱਖ ਜੀਵਨ ਚੈਨਲ ਦੇ ਉੱਤੇ ਆਪ ਜੀ ਦਾ ਸਵਾਗਤ। ਅਸੀਂ ਸਭ ਤੋਂ ਪਹਿਲਾਂ ਅਸੀਂ ਗੱਲ ਕਰਨ ਜਾ ਰਹੇ ਹਾਂ ਗੁਰਬਾਣੀ ਦੀ। ਜਦੋਂ ਅਸੀਂ ਕੋਈ ਵੀ ਗੁਰਬਾਣੀ ਦੀ ਸ਼ੁਰੂਆਤ ਕਰਦੇ ਹਾਂ ਜਪਜੀ ਸਾਹਿਬ ਜੀ ਨੂੰ ਛੱਡ ਕੇ, ਤਾਂ ਅਸੀਂ ਸਭ ਤੋਂ ਪਹਿਲਾਂ ਕੀ ਪੜ੍ਹਦੇ ਹਾਂ? ਉਦਾਹਰਣ ਦੇ ਤੌਰ ਦੇ ਉੱਤੇ ਅਸੀਂ ਆਨੰਦ ਸਾਹਿਬ ਜੀ ਦੀ ਬਾਣੀ ਲੈਂਦੇ ਹਾਂ। ਸਭ ਤੋਂ ਪਹਿਲਾਂ ਅਸੀਂ ਪੜ੍ਹਦੇ ਹਾਂ ਰਾਮ ਕਲੀ ਮਹੱਲਾ ਤੀਜਾ, ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਇਸ ਦਾ ਕੀ ਅਰਥ ਨਿਕਲਦਾ ਕਿ ਰਾਮ ਕਲੀ ਰਾਗ ਦੇ ਵਿੱਚ ਤੀਜੇ ਗੁਰਾਂ ਦੀ ਬਾਣੀ ਹੈ ਅਤੇ ਇਸ ਬਾਣੀ ਦਾ ਨਾਮ ਆਨੰਦ ਸਾਹਿਬ ਹੈ। ਸੋ ਗੁਰੂ ਸਾਹਿਬ ਜੀ ਨੇ ਮਹੱਲਾ ਪਹਿਲਾਂ ਤੋਂ ਪਹਿਲਾਂ ਰਾਗ ਦਾ ਨਾਮ ਲਿਖਿਆ ਕਿ ਇਹ ਕਿਸ ਰਾਗ ਦੀ ਬਾਣੀ ਹੈ। ਇਸੇ ਤਰ੍ਹਾਂ ਅਸੀਂ ਕਈ ਵਾਰ ਦੇਖਦੇ ਹਾਂ ਜਾਂ ਅਸੀਂ ਪੜ੍ਹਦੇ ਹਾਂ ਜਾਂ ਸੁਣਦੇ ਹਾਂ ਕਿ ਕਈ ਬਾਣੀ ਦੀ ਸ਼ੁਰੂਆਤ ਦੇ ਵਿੱਚ ਰਾਗ ਵੀ ਲਿਖਿਆ ਹੁੰਦਾ ਹੈ ਅਤੇ ਉਸ ਤੋਂ ਬਾਅਦ ਘਰ ਪਹਿਲਾ, ਘਰ ਦੂਜਾ, ਘਰ ਤੀਜਾ, ਭਾਵ ਕਿ ਉਸ ਨੂੰ ਤਾਲ ਦਾ ਨਾਮ ਵੀ ਦਿੱਤਾ ਜਾਂਦਾ ਹੈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਅਜਿਹੀਆਂ ਕਈ ਬਾਣੀਆਂ ਹਨ ਜਿਨ੍ਹਾਂ ਦੇ ਵਿੱਚ ਘਰ ਪਹਿਲਾ ਜਾਂ ਘਰ ਦੂਜਾ, ਘਰ ਬਾਰਵਾਂ ਇਸੇ ਤਰ੍ਹਾਂ ਲਿਖਿਆ ਗਿਆ ਹੈ, ਭਾਵ ਕਿ ਉਸ ਗੁਰਬਾਣੀ ਦਾ ਰਾਗ ਵੀ ਦੱਸਿਆ ਗਿਆ ਹੈ ਅਤੇ ਤਾਲ ਵੀ ਦੱਸੀ ਗਈ ਹੈ ਕਿ ਇਸ ਬਾਣੀ ਨੂੰ ਇਸ ਤਾਲ ਦੇ ਵਿੱਚ ਪੜ੍ਹਿਆ ਜਾਵੇ, ਇਸ ਰਾਗ ਦੇ ਵਿੱਚ ਪੜ੍ਹਿਆ ਜਾਵੇ। ਸੋ ਜਦ ਸਾਨੂੰ ਗੁਰਬਾਣੀ ਦੇ ਵਿੱਚ ਰਾਗ ਦਿੱਤੇ ਗਏ ਹਨ, ਜਦ ਸਾਨੂੰ ਗੁਰਬਾਣੀ ਦੇ ਵਿੱਚ ਤਾਲ ਦਿੱਤੀ ਗਈ ਹੈ, ਸਾਨੂੰ ਗੁਰੂ ਸਾਹਿਬ ਵੱਲੋਂ ਇੱਕ ਹੁਕਮ ਕੀਤਾ ਗਿਆ ਹੈ ਇਸ ਨੂੰ ਇਸ ਤਾਲ ਦੇ ਵਿੱਚ ਪੜ੍ਹਨਾ ਹੈ, ਇਸ ਰਾਗ ਦੇ ਵਿੱਚ ਪੜ੍ਹਨਾ ਹੈ। ਪਰ ਜੇ ਕੋਈ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਦੇ ਵਿੱਚ ਉਸ ਰਾਗ ਤੋਂ ਜਾਂ ਉਸ ਤਾਲ ਤੋਂ ਦੂਰ ਜਾਏਗਾ, ਸੋ ਕਿਸ ਦਾ ਫਰਜ਼ ਬਣਦਾ ਹੈ ਉਸ ਨੂੰ ਰੋਕਣ ਦਾ? ਸੋ ਜਦ ਸਾਨੂੰ ਤਾਲਾਂ ਦਿੱਤੀਆਂ ਗਈਆਂ ਹਨ, ਰਾਗ ਦਿੱਤੇ ਗਏ ਹਨ, ਸੋ ਬਾਣੀ ਹੀ ਪੜ੍ਹਦੇ ਕੀਰਤਨ ਕਰਦੇ ਜਦ ਉਸ ਤਾਲਾਂ ਤੋਂ ਅਸੀਂ ਉਸ ਰਾਗ ਤੋਂ ਉਲਟ ਜਾਵਾਂਗੇ, ਸੋ ਸੁਭਾਵਿਕ ਗੱਲ ਆ ਕਿ ਹਰ ਕਿਸੇ ਨੂੰ ਗੁੱਸਾ ਆਵੇਗਾ, ਕਿਉਂਕਿ ਸਾਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਹਦਾਇਤ ਕਰਦੇ ਹਨ ਕਿ ਇਹੀ ਰਾਗ ਦੇ ਵਿੱਚ, ਇਹੀ ਤਾਲ ਦੇ ਵਿੱਚ ਗੁਰਬਾਣੀ ਪੜ੍ਹਨੀ ਚਾਹੀਦੀ ਹੈ, ਅਤੇ ਜੇ ਕੋਈ ਉਸ ਤੋਂ ਉਲਟ ਜਾਂਦਾ ਹੈ, ਸੁਭਾਵਿਕ ਗੱਲ ਹੈ ਹਰ ਕਿਸੇ ਨੂੰ ਗੁੱਸਾ ਆਵੇਗਾ। ਪਰ ਕਈ ਲੋਕ ਥੱਲੇ ਕਮੈਂਟ ਵੀ ਕਰਦੇ ਹਨ ਕਿ ਸੰਤ ਬਣੇ ਹਨ, ਉਹਨਾਂ ਨੂੰ ਗੁੱਸਾ ਆਉਂਦਾ ਆ। ਜਿੱਥੇ ਸਾਡੀ ਗੁਰੂ ਗ੍ਰੰਥ ਸਾਹਿਬ ਦੀ ਮਰਿਆਦਾ ਤੋਂ ਕੋਈ ਉਲਟ ਚੱਲਦਾ ਆ, ਉੱਥੇ ਅਸੀਂ ਗੁੱਸੇ ਦੇ ਨਾਲ ਵੀ ਸਮਝਾ ਸਕਦੇ ਹਾਂ, ਵੀਰ ਰਸ ਦੇ ਵਿੱਚ ਵੀ ਬੋਲ ਸਕਦੇ ਹਾਂ। ਪਰ ਜੇ ਕੋਈ ਕਹਿੰਦਾ ਹੈ ਕਿ ਕਿਸੇ ਸੰਤ ਨੂੰ ਗੁੱਸਾ ਨਹੀਂ ਆਉਣਾ ਚਾਹੀਦਾ, ਤਾਂ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ, ਜਿਹੜੇ ਹਰ ਵਕਤ ਵੀਰ ਰਸ ਦੇ ਵਿੱਚ ਰਹਿੰਦੇ ਸਨ, ਜਿਨ੍ਹਾਂ ਨੇ ਹਿੰਦੁਸਤਾਨ ਦੀ ਹਕੂਮਤ ਦੇ ਨਾਲ ਟੱਕਰ ਲਈ ਕਿ ਉਹਨਾਂ ਨੂੰ ਕਦੀ ਵੀਰ ਰਸ ਆਮ ਭਾਸ਼ਾ ਦੇ ਵਿੱਚ ਕਦੇ ਗੁੱਸਾ ਨਹੀਂ ਆਇਆ ਸੀ। ਬਾਬਾ ਅਵਤਾਰ ਸਿੰਘ ਜੀ ਫਿਰ ਵੀ ਉਹਨਾਂ ਦੇ ਸੰਪਰਦਾ ਦੇ ਵਿੱਚੋਂ ਨੇ, ਦਲ ਪੰਥ ਬਾਬਾ ਬਿਧੀ ਚੰਦ ਜੀ, ਜੋ ਹਰ ਵਕਤ ਜੰਗ ਲੜਨ ਦੇ ਲਈ ਤਿਆਰ ਪਰ ਤਿਆਰ ਰਹਿੰਦੇ ਸਨ। ਸੋ ਜ਼ਰੂਰੀ ਨਹੀਂ ਕਿ ਜਿਸ ਦੇ ਨਾਂ ਦੇ ਪਿੱਛੇ ਸੰਤ ਲੱਗ ਗਿਆ ਉਹ ਵੀਰ ਰਸ ਦੇ ਵਿੱਚ ਨਹੀਂ ਆ ਸਕਦਾ, ਕਿਸੇ ਨੂੰ ਥੋੜ੍ਹੀ ਸਖਤੀ ਦੇ ਨਾਲ ਨਹੀਂ ਸਮਝਾ ਸਕਦਾ। ਸੋ ਆਈ ਹੋਪ ਆਮ ਜੀ ਨੂੰ ਪਤਾ ਲੱਗ ਗਿਆ ਹੋਵੇਗਾ ਕਿ ਸੋ ਉਸ ਵਕਤ ਮਹਾਂਪੁਰਖ ਬਾਬਾ ਅਵਤਾਰ ਸਿੰਘ ਜੀ ਦਾ ਉੱਥੇ ਬੋਲਣਾ ਸਹੀ ਸੀ ਜਾਂ ਗਲਤ ਸੀ। ਸੋ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸੋ। ਜੇਕਰ ਤੁਸੀਂ ਸਾਡੇ ਇਹ ਵਿਚਾਰ ਨਾਲ ਸਹਿਮਤ ਹੋ ਜਾਂ ਨਹੀਂ ਵੀ ਸਹਿਮਤ, ਤਾਂ ਇਸ ਵੀਡੀਓ ਨੂੰ ਸ਼ੇਅਰ ਕਰੋ, ਕਮੈਂਟ ਕਰਕੇ ਸਾਨੂੰ ਦੱਸੋ ਕਿ ਸਾਡੀ ਕੀ ਗਲਤੀ ਹੈ। ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ। ਇੰਨੀਆਂ ਬੇਨਤੀਆਂ ਨੂੰ ਹੁਣ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।